ਬਰੇਟਾ ਵਿਖੇ ਹਰ ਸਾਲ ਦੀ ਤਰ੍ਹਾਂ ਮਾਨਸਾ ਦੇ ਨੇੜੇ ਪਿੰਡ ਠੁੱਠੀਆਂ ਵਾਲੀ ਨਜ਼ਦੀਕ ਕੁਸ਼ਟ ਆਸ਼ਰਮ ਵਿੱਚ ਕੱਪੜੇ ਤੇ ਬੂਟ ਦਿੱਤੇ ਗਏ। ਯੰਗ ਕਲੱਬ ਬਰੇਟਾ ਕਈ ਸਾਲਾਂ ਤੋਂ ਗਰੀਬ ਬੱਚਿਆਂ ਨੂੰ ਮੁਫਤ ਸਕੂਲ ਵਿੱਚ ਦਾਖਲ ਕਰਵਾ ਕੇ ਪੜ੍ਹਾਉਣਾ, ਛੋਟੇ ਗਰੀਬ ਬੱਚਿਆਂ ਦਾ ਇਲਾਜ ਜਿਵੇਂ ਦਿਲ ਵਿੱਚ ਕੋਈ ਵੀ ਬਿਮਾਰੀ ਹੋਵੇ ਇਹ ਉਹਨਾਂ ਦਾ ਇਲਾਜ ਮੁਫਤ ਕਰਾਉਂਦੇ ਹਨ। ਕੰਪਲੈਕਸ ਕੀ ਜੋ ਆਦਮੀ ਹੈ, ਹਮਨੇ ਕੁਸ਼ਟ ਆਸ਼ਰਮ ਮੇਂ ਜੋ ਭਾਈ ਬਹਿਨ ਹੈ, ਜੋ ਵੀ ਆਪ ਲੋਗ ਦੇਤੇ ਹੈ ਦਾਨ ਦੁਆਰਾ ਕਰਤੇ ਹੈ, ਹਮ ਲੋਗ ਸਾਰੇ ਮਿਲ ਜੁਲ ਕੇ ਹਰ ਸਾਲ ਜੈਸੇ ਲੋਹੜੀ ਹੈ ਮਨਾਤੇ ਹੈ, ਜੋ ਵੀ ਦਾਨੀ ਦਾਤਾ ਆਇਆ ਹੈ, ਹਮ ਲੋਗ ਕੋ ਦਾਨ ਸੇ ਹੀ ਚਲਤਾ ਹੈ। ਜੋ ਵੀ ਸੰਸਥਾ ਜੋ ਹੈ ਹਮ ਲੋਗ ਕੋ ਕੁਸ਼ਟ ਆਸ਼ਰਮ ਕਾ, ਹਮ ਲੋਗ ਕੋ ਦਾਨ ਸੇ ਚਲਤਾ ਹੈ, ਕੋਈ ਬਾਹਰ ਸੇ ਹਮ ਲੋਗ ਕੋ ਸੰਸਥਾ ਮਿਲਤਾ ਨਹੀਂ ਹੈ। ਬਰੇਟਾ ਤੋਂ ਜਗਦੀਸ਼ ਗੋਇਲ ਦੀ ਰਿਪੋਰਟ, ਚੈਨਲ 2।